रहीम, अस्सलाम वालेकुम। क्या हाल है मेरे बहन भाइयों? अलहमदुलिल्लाह असी ठीक हां, मिंदे के तुसी ठीक हो। सो मैं जड़ना ला रही हां देजकियां नु, ले बर्तन वगैरह जड़ना दो दित्ते हन ते देजकियां नु ले ला के रख देनी हां खुश कौन वास्ते। ले लाया देजकियां सही लगदियां, एक देजकी नु ले ला दित्ता है ते दूसरी नु भी ला देने हां। इत्थे धुप जड़ना वाह वाह लगी खली है ते इत्थे देजकी हो जासी खुश। छोटी देजकी नू नाल ले ला दे, ਲੋਬੀਏ ਦੇ ਪੌਦੇ ਮਾਸ਼ਾਅੱਲਾ ਬਹੁਤ ਪਿਆਰੇ ਪਿਆਰੇ ਹਨ। ਦੇਜਕੀਆਂ ਨੂੰ ਮੈਂ ਲੇਹ ਲਾ ਕੇ ਰੱਖ ਦਿੱਤਾ, ਉਹ ਹੋ ਚੁੱਕੀਆਂ ਨੇ ਖੁਸ਼ਕ। ਅਤੇ ਬਿਸਮਿਲ੍ਲਾ ਰਹਿਮਾਨ ਰਹੀਮ, ਅਸਲਾਮ ਵਾਲੇਕੁਮ। ਕੀ ਹਾਲ ਮੇਰੇ ਭੈਣ ਭਾਈ ਹੋ? ਅਲਹਮਦੁਲਿਲ੍ਲਾਹ ਠੀਕ ਹਾਂ, ਉਮੀਦ ਹੈ ਕਿ ਤੁਸੀਂ ਠੀਕ ਹੋ। ਮੇਰੇ ਵਾਰ ਤੁਸੀਂ ਵੇਖ ਰਹੇ ਹੋ ਮੈਂ ਕਰ ਲਿਆ ਪੱਖਾ, ਅਤੇ ਪਹਿਲੇ ਮੈਂ ਕਰ ਰਿਹਾ ਜੀ ਕੋਈ ਹੋਰ ਗੱਲ, ਅਤੇ ਔਰ ਤੁਸੀਂ ਵੇਖ ਰਹੇ ਹੋ ਮੈਂ ਪੱਖੇ ਨੂੰ ਕੱਢ ਦਿੱਤਾ ਬਾਹਰ। ਅੱਜ ਅਸੀਂ ਕੀ ਕਰੂੰ, ਗੰਦਮ ਅਸੀਂ ਲਈ ਹੈ ਜੀ। ਅੱਜ ਮੁੱਲ ਜਿਹੜੀ ਸਾਡੀ ਗੰਦਮ ਹੈ ਨਾ, ਉਹ ਕਾਫੀ ਮਸ਼ੀਨਾਂ ਵਗੈਰਾ ਕਿੱਦਾਂ ਹੋਰ ਦੇ ਚੱਲਦੀਆਂ ਵਧੀਆਂ, ਉਹ ਇਸ ਵਜ੍ਹਾ ਤੋਂ ਸਾਡੀ ਜਿਹੜੀ ਗੰਦਾ ਮੇਰਾ ਹੌਲੀ ਹੌਲੀ ਲੇਟ ਹੁੰਦੀ ਜਾਂਦੀ। ਅੱਜ ਆਪਣੇ ਪਿਆਰੇ ਵੀਵਰਾਂ ਨੂੰ ਸ਼ੇਅਰ ਕਰਸਾਂ, ਔਰ ਆਪ ਹੀ ਚੱਲ ਕੇ ਵਿਕਸਾਂ। ਕਾਫੀ ਦਿਨ ਹੋ ਗਏ ਅਸੀਂ ਖਾਲ ਔਰਦਰ ਗਏ ਹੋਏ, ਅਸੀਂ ਨਾ ਦੋ ਦਿਨ ਸਾਨੂੰ ਉੱਦੇ ਲੱਗ ਗਏ, ਔਰ ਮੈਂ ਪੱਖਾ ਚਲਾ ਕੇ ਮੈਨੂੰ ਦੇ ਦਿੰਦਾ ਅੰਮੀ ਔਰ ਜਲਦੀ ਜਲਦੀ ਛਾਣ ਲੈਂਦੇ ਹਨ। ਇਧਰਲੀ ਸਾਈਡ 'ਤੇ ਤੁਸੀਂ ਵੇਖ ਰਹੇ ਹੋ ਅਸੀਂ ਬਣਾ ਰਹੇ ਹਾਂ ਜੀ ਛੋਟਾ ਜਿਹਾ ਸ਼ੈੱਡ। ਚਲੋ ਇੱਥੇ ਵੀ ਛਾਂ ਵਗੈਰਾ ਬਣ ਜਾਂਦੀ, ਇਹਦੇ ਹੇਠ ਗਲੇ ਵਗੈਰਾ ਵੀ ਰੱਖ ਲਈ ਸਾਂ, ਔਰ ਜਿਹੜੀ ਚੀਜ਼ ਹੋਈ ਉਹ ਵੀ ਰੱਖ ਲਈ ਸਾਂ, ਅਤੇ ਮੈਂ ਚਲਾ ਦੇਣਾ ਪੱਖਾ। ਸਾਡਾ ਇੱਦੇ ਵੀ ਬੋਰਡ ਲੱਗੋ ਹੋਇਆ ਕਿਚਨ ਦੇ ਵਿੱਚ, ਇਹਦੇ ਵਿੱਚ ਜਿਸ ਟਾਈਮ ਅਸੀਂ ਸਿਆਲੇ ਵੀਡੀਓ ਬਣਾਉਂਦੇ ਹਾਂ ਅਸੀਂ ਨਾ ਉੱਥੇ ਲੱਗੋ ਹੋਇਆ ਜੀ, ਬਲਬ ਵੀ ਲੱਗੋ ਹੋਇਆ ਵੀ ਰਾਤ ਨੂੰ ਵੀਡੀਓ ਬਣਾਉਣੀ ਹੋਵੇ। ਅਤੇ ਹੁਣ ਮੈਂ ਲਾ ਦਿੰਦਾ ਸੁੱਚ, ਅਤੇ ਨਾਲ ਮੈਂ ਪੱਖਾ ਚਲਾ ਦਿੱਤਾ। ਇਹਨੂੰ ਫੁੱਲ ਤੇਜ਼ ਕਰ ਦਿੰਦੇ ਹਾਂ ਵੀ ਚੰਗੀ ਤਰ੍ਹਾਂ ਤੇਜ਼ ਚੱਲੇ, ਔਰ ਜਿਹੜੇ ਇਹਦੇ ਵਿੱਚੋਂ ਕੱਖ ਵਗੈਰਾ ਨਾ ਤੂੜੀ ਦੇ ਉਹ ਚਲੋ ਨਿਕਲ ਜਾ ਸਣ। ਅੰਮੀ ਇੱਕ ਵਾਰੀ ਦੋਤੇ ਦਾ ਹਿੰਨ ਉਹ ਚਲੋ ਨਿਕਲ ਜਾਂਦੇ, ਅਤੇ ਅੰਮੀ ਤੁਸੀਂ ਬਣਾਓ ਅਤੇ ਮੈਂ ਜਿਹੜਾ ਥੋੜ੍ਹੀ ਕੈਮਰਾ ਮੈਨ ਕਰੇ ਨਾ ਅੱਜ ਅਬੂ ਹੇ ਕੋਈ ਨਾ। ਮੈਂ ਜਿਹੜਾ ਹੁਣ ਬੱਗੀ ਲਾ ਦਿੱਤਾ ਹੈ ਪੱਖਾ, ਅਤੇ ਮੈਂ ਦਾਣੇ ਅੱਛੀ ਰੀਤ ਬਣਾ ਲੈਂਦੀ ਹਾਂ। ਸੁਬਹਾ ਨਾਲ ਤਾਂ ਦਾਣੇ ਧੋਤੇ ਹਨ, ਕਾਫੀ ਕਚਰਾ ਵਗੈਰਾ ਨਿਕਲ ਗਿਆ ਮਿੱਟੀ ਛਿੱਟੀ, ਅਤੇ ਬਾਕੀ ਕੱਖ ਵਗੈਰਾ ਕੁਛ ਰਹਿ ਗਏ ਹਨ, ਉਹ ਮੈਂ ਹਵਾ ਥੋੜ੍ਹੀ ਜਿਹੀ ਪੱਖੇ ਦੀ ਲਵਾ ਲੈਂਦੀ ਹਾਂ। ਉਸ ਤੋਂ ਬਾਅਦ ਬੱਗੀ ਸਾਡੇ ਅਸੀ ਚੱਕੀ, ਅਤੇ ਚੱਕੀ ਵੀ ਸਾਡੇ ਨਜ਼ਦੀਕ ਹੈ। ਅੰਮੀ ਇਸ ਵਜ੍ਹਾ ਤੋਂ ਦੋਤੇ ਨੇ ਵੀ ਇਹਦਾ ਜਿਹੜਾ ਆਟਾ ਨਾ ਬੜਾ ਖੂਬਸੂਰਤ ਔਰ ਸਾਫ਼ ਨਿਕਲ ਸੀ, ਜਿਹੜੀ ਅੱਗੇ ਵਾਲੀ ਮੱਟੀ ਹੈ ਨਾ ਉਹ ਅੰਮੀ ਸਾਰੀ ਕੱਢ ਦਿੱਤੀ, ਹੋਰ ਦੁਬਾਰੇ ਵੀ ਅੰਮੀ ਛੰਡ ਰਹੀ ਹੈ। ਅਤੇ ਚਲੋ ਇਹ ਚਲੋ ਅੱਛੀ ਤਰ੍ਹਾਂ ਸਫਾਈ ਹੋ ਜਾ ਸੀ, ਇਹਨੂੰ ਮੈਂ ਜਾ ਕੇ ਪਹਿਲੇ ਸੱਟੇ ਸਾਂ ਦੂਸਰੇ 'ਤੇ ਕਿਹੜੀ ਚੀਜ਼ 'ਤੇ ਚੱਕੀ 'ਤੇ, ਅਸੀਂ ਆਪਣੀ ਗੰਦਮ ਵਾਲੇ ਆਪਣੀ ਗੰਦਮ ਜਲ ਕੇ ਵਿਕਸਾਂ। ਅੰਮੀ ਨਿਕਲਦੇ ਪੈਣਾ, ਕਿਉਂਕਿ ਤਾਜ਼ ਜਿਹੜੀ ਗੰਦਮ ਬੰਦਾ ਪਿਵਾਵੇ ਉਹ ਥੋੜ੍ਹੀ ਜਿਹੀ ਗਰਮ ਰਹਿੰਦੀ ਹੈ, ਅਤੇ ਜਿਹੜੀ ਬੰਦਾ ਧੋ ਕੇ ਸੁਕਾ ਲਵੇ ਉਹ ਠੰਡੀ ਰਹਿੰਦੀ, ਉਹ ਠੰਡੀ ਹੋ ਜਾਂਦੀ ਹੈ। ਇਸ ਦੀ ਵਜ੍ਹਾ ਤੋਂ ਮੈਂ ਪਹਿਲੇ ਧੋਤੇ ਹਨ, ਅਤੇ ਹੁਣ ਰਹੇ ਹਾਂ ਨਾਲ ਨਾਲ ਬਣਾ।
ਅੰਮੀ ਉਹਦਾ ਜਿਹੜਾ ਇੱਕ ਛੱਡ ਛਾਣ ਲਿਆ ਤੇ ਔਰ ਦੂਸਰਾ ਛਾਣ ਲੈਣਾ। ਇਹ ਅੰਮੀ ਜਿਹੜੇ ਦੁਬਾਰੇ ਤਾਂ ਛਣਾਈ ਹੋਵਣੇ, ਦੋ ਵਾਰੀ ਵਹਾਵਣੇ। ਹਾਂਜੀ, ਪੱਖਾ ਕਾਫੀ ਤੇਜ਼ ਚੱਲ ਰਿਹਾ ਨਾ? ਪੱਖਾ ਹੀ ਤੇਜ਼ ਚੱਲ ਰਿਹਾ, ਨਾਲ ਹਵਾ ਹੀ ਗੁੱਲੀ ਹੋਈ ਹੈ। ਹਾਂਜੀ, ਹਵਾ ਸਾਡੀ ਤੁਸੀਂ ਵੇਖ ਰਹੇ ਜਿਹੜਾ ਕਿੱਕਾ ਰਹੇ ਨਾ, ਉਹ ਹਲ ਜੁੱਲ ਰਿਹਾ ਤੇ ਹਰਾ ਹਰਾ ਮਲੂਮ ਵੀ ਹੋ ਰਿਹਾ ਔਰ ਹਵਾ ਕਾਫੀ ਗੁੱਲੀ ਹੋਈ ਨਾ ਤੇ ਕਾਫੀ ਇਧਰਲੀ ਸਾਈਡ ਵਾਲੇ ਪਿਆਰੇ ਪਿਆਰੇ ਬਾਦਲ ਮਿਲਦਾ ਫਿਰ ਅੱਜ ਆਏ। ਦਾਣੇ ਜਿਹੜੇ ਨਾ ਮੁਕੰਮਲ ਸਾਰੇ ਮੈਂ ਬਣਾ ਲੈਣ, ਪੱਖੇ ਦੀ ਹਵਾ ਨਾਲ ਅੱਛੀ ਰੀਤ ਸਾਫ਼ ਹੋ ਗਏ। ਗੱਟਾ ਮਿੱਟੀ ਵੀ ਨਿਕਲ ਗਿਆ, ਗੱਟਾ ਮਿੱਟੀ ਤਾਂ ਨਹੀਂ ਆਈ, ਕਾਫੀ ਕਚਰਾ ਵਗੈਰਾ ਕਾਖ ਖਾਣ ਤੇ ਨਾਲ ਕਰ ਦਿੱਤਾ। ਪੱਖਾ ਵੀ ਬੰਦ, ਪੱਖਾ ਬੰਦ ਕਰ ਦਿੱਤਾ ਤੇ ਹੁਣ ਮੈਂ ਨਾਲ ਦਾਣੇ ਪਾ ਦਿੰਦੀ ਹਾਂ ਥੈਲੇ ਦੇ ਵਿੱਚ ਚੱਕੀ ਦੇ ਉੱਤੇ। ਚੱਕੀ 'ਤੇ ਜਾ ਕੇ ਬੱਗੀ ਸਾਟੇ ਦਾ ਟਾਈਮੋ ਟਾਈਮ। ਹਾਂਜੀ, ਜਲਦੀ ਜਲਦੀ ਪੀਸ ਜਸਨ। ਅਮੇ ਆਪਣੇ ਇਲਾਕੇ ਦੇ ਵਿੱਚ ਦੋ ਚੱਕੀਆਂ, ਤਿੰਨ, ਇੱਕ ਸ਼ੈਲਰ ਔਰ ਦੂਸਰੀਆਂ ਤਿੰਨ ਚੱਕੀਆਂ। ਇਹ ਸਾਨੂੰ ਕਾਫੀ ਸਹੂਲਤ ਹੈ ਬਈ, ਔਰ ਦੂਸਰੀ ਵਿਹਲੀ ਨਾ ਹੋਵੇ, ਤੀਸਰੀ ਤੇ ਸਾਟ ਲਿਆ। ਸ਼ਹਿਰ ਤੋਂ ਕਾਫੀ ਦੂਰ ਹੈ ਨਾ? ਹਾਂਜੀ, ਸਾਡੇ ਨਾਲ ਵੀ ਘਰ ਦੇ ਬੈਕ ਸਾਈਡ ਤੇ ਇਡਲੀ ਸਾਈਡ ਤੇ ਗਲੀ ਵਾਲੀ ਸਾਈਡ ਤੇ ਸਾਡੇ ਨਾਲ ਵੀ ਚੱਕੀ ਹੈ, ਉੱਥੇ ਅਸੀਂ ਜਾ ਕੇ ਸਾੜ ਦਿੰਦੇ ਹਾਂ ਔਰ ਉਹ ਪਿਸਾਈ ਕਰ ਦਿੰਦੇ ਤੇ ਫਿਰ ਅਸੀਂ ਚਾ ਲੈਂਦੇ ਹਾਂ। ਅਮੀਆ ਤੁਸੀਂ ਪਾਓ ਤੇ ਮੈਂ ਫਿਰ ਸਾਟੇ ਬਣਾ। ਹੈਂ, ਤੁਸੀਂ ਪਤਾ ਤਾਂ ਕਰ ਰਿਹਾ? ਮੈਂ ਉਹ ਪਤਾ ਕਰ ਰਿਹਾ ਬਣਾ ਨਾ। ਦਾਣੇ ਕਾਫੀ ਸਾਫ਼ ਹੋ ਚੁੱਕੇ ਨੇ ਨਾ ਪਿਆਰੇ ਪਿਆਰੇ, ਤੇ ਮੇਰੇ ਇਧਰਲੀ ਸਾਈਡ ਸਾਰਾ ਇਹਦਾ ਜਿਹੜਾ ਹਾ ਨਾ ਕੱਖ, ਦੂਸਰਾ ਹਾਣ, ਤੂੜੀ ਵਾਲੇ ਕੱਖ ਵਗੈਰਾ ਉਹ ਸਾਰੇ ਨਿਕਲ ਚੁੱਕੇ ਨੇ ਇਧਰਲੀ ਸਾਈਡ 'ਤੇ। ਅੰਮੀ ਦਾਣੇ ਪਾ ਲਏ ਤਾਂ ਮੈਂ ਜਾ ਕੇ ਚੈੱਕ ਕਰ ਰਿਹਾ ਬਈ ਚੱਕੀ ਚਲਦੀ ਪਈ ਆ ਨਹੀਂ। ਮੇਰੇ ਬਾਰੇ ਤੁਸੀਂ ਵੇਖ ਰਹੇ ਹੋ ਮੈਂ ਆ ਚੁੱਕਾ ਵਾਪਸੀ, ਚੱਕੀ ਦਾ ਪਤਾ ਕਰਕੇ ਚੱਕੀ ਮਿਲੀ ਕਾ ਨਹੀਂ, ਚੱਕੀ ਵਾਲਾ ਹਜੇ ਤਾਈਂ ਚੱਕੀ ਬੰਦ ਪਈ ਹੈ। ਚਲੋ ਅਸੀਂ ਸ਼ਾਮ ਨੂੰ ਦੇ ਦੀ ਸਾਂ, ਚਲੋ ਸ਼ਾਮ ਨੂੰ ਪੀਸ ਜਾ ਸਣ। ਇਸ ਟਾਈਮ ਨਾ ਲਾਈਓ ਟਰੈਕਟਰ ਦੇ ਅੱਗੂ ਰੈਪਰ, ਫਿਰ ਉਹ ਗੰਦਾ ਵੀ ਵੱਡੇ ਦੇਣ ਔਰ ਸ਼ਾਮ ਨੂੰ ਟਰੈਕਟਰ ਚੱਕੀ 'ਤੇ ਹੀ ਆ ਜਾਂਦਾ ਅਤੇ ਔਰ ਅੰਮੀ ਉਹਦਾ ਦਾਣੇ ਵਗੈਰਾ ਤੁਸੀਂ ਵੇਖ ਰਹੇ ਹੋ ਛਾਂਡ ਕੇ ਰੱਖ ਦਿੱਤੇ ਵੱਖਰੇ ਪਾ ਕੇ ਗੱਟੂ ਦੇ ਵਿੱਚ ਅਤੇ ਔਰ ਪੱਖਾ ਵੀ ਬੰਦ ਕਰਕੇ ਰੱਖ ਦਿੱਤਾ ਔਰ ਅੰਮੀ ਹੋਰੀ ਵੀ ਆ ਚੁੱਕੇ ਹਨ। ਅਸੀਂ ਜਾ ਰਹੇ ਹਾਂ ਜੀ ਆਪਣੀ ਗੰਦਮ ਦੇ ਵਿੱਚ, ਅੰਮੀ ਹੋਰੀ ਵੀ ਆ ਚੁੱਕੇ ਹਨ। ਮੈਂ ਜਿਹੜਾ ਨਾ ਕਾਫੀ ਥੱਕ ਚੁੱਕੀ ਹਾਂ, ਗੰਦਮ ਬਣਾਈਂਦੀ ਬਣਾਈਂਦੀ ਇਤਨੀ ਗੰਦਮ ਤਾਂ ਨਾ ਹੀ, 15-16 ਕਿਲੋ ਹਨ ਦਾਣੇ ਤੇ ਇਹਨਾਂ ਦੇ ਵਿੱਚੋਂ ਕਾਟ ਨਿਕਲੀ ਹੈ, ਇਸ ਕਾਫੀ ਗੰਦ ਵਗੈਰਾ ਨਿਕਲਿਆ ਤੇ ਹੁਣ ਜਿਹੜਾ ਨਾ ਮੈਂ ਗੱਟੂ ਵਿੱਚ ਦਾਣੇ ਤੇ ਪਾ ਕੇ ਰੱਖ ਦਿੱਤੇ ਹਨ। ਬਾਕੀ ਚੱਕੀ ਵਾਲਾ ਨਹੀਂ ਵਧਾਏ। ਹਾਂਜੀ, ਤੇ ਬਾਕੀ ਮੈਂ ਤੁਸੀਂ ਝਾੜੂ ਦੇਵਣਾ ਕਿ ਆਖ ਦੇਸੋ? ਝਾੜੂ ਆ ਕੇ ਦਿਸਾਂ, ਨਾਲੇ ਸ਼ਾਮ ਨੂੰ ਝਾੜੂ ਦੀਪਦਾ ਵੀ ਨਹੀਂ ਗੁਨਾਹ। ਹਾਂਜੀ, ਇਹ ਤਾਂ ਹੈ ਤੇ ਆਪਾਂ ਹੁਣ ਚੱਲੀਏ ਤੇ ਨਾਲ ਵੀ ਵਿੱਚ ਪੌਦੇ ਕਿਹੜੀ ਚੀਜ਼ ਦੇ ਲੱਗੇ ਖਲੇ? ਉਹ ਅੱਗੇ ਮੈਂ ਤੁਹਾਡੇ ਕੋਲ ਪੁੱਛੂ ਹਾਂ ਸੁਬਹ ਕਿਹੜੀ ਚੀਜ਼ ਦੇ ਲੱਗੇ ਹਨ ਉਹ ਮੈਨੂੰ ਦੱਸ ਦੇ। ਅੰਗੂਰਾਂ ਦੇ ਪੌਦੇ ਨੇ। ਅੰਗੂਰ ਦੇ? ਹਾਂਜੀ, ਤੇ ਮੇਰਾ ਤੁਸੀਂ ਵੇਖ ਰਹੇ ਹੋ ਔਰ ਮੈਂ ਹੱਸ ਕੋਈਂਦੇ ਅੰਮੀ ਤੇ ਅੱਬੂ ਲਾ ਦਿੱਤੇ ਜੀ ਅੰਗੂਰ ਦੇ ਬੂਟੇ। ਇਹ ਹਿੰਜੀ ਅੰਗੂਰ ਦੇ ਬੂਟੇ ਕਾਫੀ ਪਿਆਰੇ ਲੱਗ ਰਹੇ ਹਨ, ਖੂਬਸੂਰਤ ਹਰੇ ਹਰੇ। ਇਹ ਅੰਮੀ ਰਾਤ ਨੂੰ ਲਾਇਆ? ਹਾਂਜੀ, ਰਾਤ ਨੂੰ ਲਾਇਆ। ਇਸ ਗੱਲੋਂ ਬਈ ਸਿਰ ਚਾਗ ਹਨ ਫਫੜੇ ਖਲਣ ਤੇ ਹੁਣ ਅੰਮੀ ਚੱਲੀ ਆਪਾਂ ਚੱਲੀ। ਅੱਬੂ ਇਹਦੀ ਗਾਰ ਕੋਈ ਨਹੀਂ, ਤੁਸੀਂ ਤਾਲਾ ਵਗੈਰਾ ਮਾਰ ਲਓ, ਮੈਂ ਚੱਲਣਾ ਬਾਹਰ ਮੋਟਰਸਾਈਕਲ ਕੱਢਣਾ। ਸਾਡੇ ਕੱਚੇ ਅੰਦਰ ਕੱਚੇ ਕੋਠੇ ਦੇ ਅੰਦਰ ਮੋਟਰਸਾਈਕਲ ਹੁੰਦਾ, ਉਹ ਮੈਂ ਕੱਢ ਲੈਂਦਾ ਤੇ ਤੁਸੀਂ ਆ ਜਾਓ। ਉਸ ਤੋਂ ਬਾਅਦ ਪਹੁੰਚਿਆ ਜੀ ਅਸੀਂ ਗੰਦਮ ਦੇ ਵਿੱਚ ਤੇ ਔਰ ਤੁਸੀਂ ਤੁਹਾਨੂੰ ਗੰਦਮ ਸ਼ੇਅਰ ਕਰਨਾ ਔਰ ਕਾਫੀ ਰੁੜ ਚੁੱਕੀ ਔਰ ਕਾਫੀ ਖੁਸ਼ਕ ਹੋ ਚੁੱਕੀ ਔਰ ਨਾਲ ਅੰਮੀ ਉਹਦੀ ਚੈੱਕ ਕਰ ਔਰ ਕੈਸੀ ਸਾਡੀ ਗੰਦਮ ਹੋ ਚੁੱਕੀ ਹੈ। ਗੰਦਮ ਤਾਂ ਮਾਸ਼ਾਅੱਲਾ ਪਿਆਰੀ ਹੋ ਚੁੱਕੀ ਹੈ, ਜਿਹੜੀ ਜਿਹੜੀ ਚੀਜ਼ 'ਤੇ ਅਸਾਂ ਕਟਵਾਈ ਕਰਾਵਣੀ ਆਈ ਉਹ ਜਿਹੜੀ ਆਈ ਮਸ਼ੀਨ
ਕਾਫੀ ਨੁਕਸਾਨ ਕਰਦੀ ਆ ਇਹ ਵੱਡੀ ਬੋਹ ਵਾਲੀ, ਨਾਲ ਦਾਣੇ ਵੀ ਕੱਢਦੀ ਹੈ ਤੇ ਬੋਹ ਵੀ ਬਣਾਉਂਦੀ ਹੈ। ਹਾਂਜੀ, ਤੇ ਇਹ ਮੇਰੇ ਬਾਰੇ ਤੁਸੀਂ ਵੇਖ ਲਓ, ਸਾਡੇ ਇੰਜੋ ਸਮਝੋ ਹਮਸਾਇਆਂ ਦੀ ਗੰਦਮ ਹੋਈ। ਇਹ ਪਰਲੀ ਸਾਈਡ ਤੇ ਜਿਹੜੀ ਗੰਦਮ ਕਟਾਈ ਹੋ ਚੁੱਕੀ, ਇਹ ਕਾਫੀ ਜਿਹੜੀ ਬੜੋਲੇ ਵਾਲੀ ਮਸ਼ੀਨ ਆ, ਇੰਨਾ ਵੱਡੀ ਹਾਲਵੈਸਟਰ, ਉਹ ਅਸੀਂ ਆਪਣੀ ਤੇ ਬੋਲੀ ਦੇ ਵਿੱਚ ਹਾਲਵੈਸਟਰ ਹੀ ਸਦੇ ਨੇ ਆ, ਔਰ ਵਲਾਂ ਵੀ ਸਦੇ ਨੇ। ਔਰ ਤੁਸੀਂ ਵੇਖ ਰਹੇ ਸੋ ਇਜਲੀ ਸਾਈਡ ਤੇ ਕਟਾਈ ਹੋ ਚੁੱਕੀ ਹੈ, ਔਰ ਅਸੀਂ ਉਹ ਤੁਸੀਂ ਟਰੈਕਟਰ ਤੇ ਵੇਖ ਰਹੇ ਸੋ, ਅਸੀਂ ਉਹ ਵਾਲੀ ਕਟਾਈ ਕਰਾਉਣੀ ਰੈਪਰ ਤੇ ਉਹ ਕਟਾਈ ਹੋ ਰਹੀ ਤੇ, ਔਰ ਅੰਮੀ ਹੋਰੀ ਚੈਕਿੰਗ ਕਰ ਰਹੇ। ਕੈਸਾ ਦਾਣਾ ਅੰਮੀ? ਦਾਣੇ ਪੱਕ ਗਏ। ਹਾਂਜੀ, ਸਭ ਤੋਂ ਅਗੇਤਰੀ ਗੰਦਾ ਮਾਪਣੀ ਆਈ। ਹਾਂਜੀ, ਅਗੇਤਰੀ ਆਪਣੀ ਆਈ ਤੇ ਵੱਡੇ ਹਮਸਾਇਆਂ ਦੀ ਗਈ? ਨਹੀਂ, ਹਮਸਾਇਆਂ ਦੀਆਂ ਬਹੁਤ ਜ਼ਿਆਦੀਆਂ ਖਲੀਆਂ ਨਾ, ਸਾਡੀ ਨਹੀਂ ਖਲੀ, ਸਾਡੇ ਇਲਾਕੇ ਦੇ ਵਿੱਚ ਗੰਦਾ ਇਤਨੀ ਕਟਾਈ ਨਹੀਂ ਹੋਈ, ਕਿਦਾਂ ਕਟਾਈ ਹੋਈ ਹੈ। ਹਾਂਜੀ, ਤੇ ਇਨਸ਼ਾਅੱਲਾ ਸੁਬੋ ਸਾਡੀ ਵੀ ਕਟਾਈ ਹੋ ਜਾਸੀ ਰੇਪਰ ਤੇ। ਤੇ ਅਸੀਂ ਸਾਡੇ ਮੇਰਾ ਕੰਮ ਚੈੱਕ ਕਰੋ, ਅਸੀਂ ਬੰਨੇ ਤੇ ਚੈੱਕ ਕਰਕੇ ਵੇਖ ਰਹੇ ਹਾਂ ਅੰਮੀ, ਆਪਾਂ ਵਿਚਲੇ ਖਾਲ ਦੇ ਵਿੱਚ ਚੈੱਕ ਕਰਨੇ ਹਾਂ, ਔਰ ਕੈਸੀ ਆਪਣੀ ਗੰਦਮ ਪਈ ਔਰ ਖੂਬਸੂਰਤ ਇਹ ਵਾਲੀ ਸਾਡੀ ਗੰਦਮ ਹੈ ਜਿਹੜੀ ਖਲੀ ਹੈ, ਤੇ ਇਹ ਗੰਦਮ ਵੀ ਅਸੀਂ ਚੱਲ ਕੇ ਵੇਹਨੇ ਹਾਂ, ਪਿਆਰੀ ਔਰ ਖੂਬਸੂਰਤ ਹੋਈ ਖਲੀ ਹੈ। ਔਰ ਅੰਮੀ ਰੋਡ ਤਾਂ ਚੁੱਕੀ ਅਸੀਂ, ਮੇਰੇ ਵਾਰ ਆਪੇ ਹੀ ਕਟਾਈ ਹੋ ਜਾਂਦੀ ਹੈ ਨਾ ਅੰਮੀ, ਤੇ ਇਹਨੂੰ ਸਾਡੇ ਨੇ ਵਿੱਚ ਆ ਵੀ ਸੀ ਚੋਰਿਆ ਵਾ ਅੰਮੀ, ਮੈਂ ਤਾਂ ਅੱਗੇ ਅੱਗੇ ਚੱਲਦਾ ਪਿਆ, ਪਿੱਛੇ ਪਿੱਛੇ ਆ ਰਹੇ ਨੇ। ਇਧਰਲੀ ਸਾਈਡ 'ਤੇ ਖਾਲਾ ਹੈ ਨਾ, ਔਰ ਖਾਲੇ 'ਤੇ ਕਾਫੀ ਹੋਜਾ ਵਗੈਰਾ ਤੱਲਾ ਵਗੈਰਾ ਹੋਇਆ ਖਲਾ, ਅਤੇ ਇਸ ਬੰਨੇ 'ਤੇ ਐਂ ਜਾਂਦਾ ਜਿਹੜਾ ਦਰਖਤ ਵਾਲਾ ਬੰਨਾ ਇਹ ਵਾਲਾ। ਅਤੇ ਹੋਰ ਵੀ ਹੈ ਗੰਦਮ ਤੋਂ ਬਾਅਦ ਅਸੀਂ ਸਬਜ਼ੀ ਬਿਜਾਈ ਕਰਨੀ ਹੈ ਸਾਰੀ ਵੀ। ਹਾਂਜੀ, ਕਿਹੜੀ ਕਿਹੜੀ ਕਰਨੀ? ਕੱਦੂ ਗਿਆ, ਕੱਦੂ ਹਾਂਜੀ, ਅਤੇ ਨਾਲ ਤੋਰੀ ਅਤੇ ਨਾਲ ਲੋਬੀਆ। ਹਾਂਜੀ, ਅਤੇ ਇਹ ਸਾਡੀ ਬਚਪਨ ਜਮਦੀ ਪਈ, ਇਹ ਸਾਡੀ ਬਚਪਨ ਵਿੱਚ ਨਹੀਂ, ਇੱਕ ਸਾਲ ਬਾਅਦ ਸਬਜ਼ੀ ਦੀ ਬਿਜਾਈ ਅਸੀਂ ਕਰਨੀ ਹੈ। ਸਾਲ ਤਾਂ ਹੋ ਗਿਆ ਸਾਨੂੰ ਵਿਹਲੇ ਫਿਰਦੇ ਹਾਂ, ਜੋ ਠੰਡ ਦੇ ਵਿੱਚ ਕਰਨੀ ਸਿਆਲੇ ਗਰਮੀ ਦੇ ਵਿੱਚ ਕਰਨੀ, ਹੁਣ ਗੜਨੀ ਹੈ। ਹਾਂਜੀ, ਕੱਦੂ ਤਾਂ ਹੁਣ ਹੋ ਜਾ ਸੀ, ਤੋਰੀ ਵੀ ਹੋ ਜਾ ਸੀ, ਲੋਬੀਆ ਨਹੀਂ ਹੋਣਾ ਇਸ ਟਾਈਮ। ਲੋਬੀਆ ਤੇ ਕੱਦੂ ਹੋ ਜਾ ਸੀ ਤੇ ਤੋਰੀ ਨਹੀਂ ਹੋਣੀ, ਤੋਰੀ ਖਰਾਬ ਹੋ ਜਾਂਦੀ, ਭਿੰਡੀ ਵੀ ਖਰਾਬ ਹੋ ਜਾਂਦੀ। ਹਾਂਜੀ, ਭਿੰਡੀ ਨੂੰ ਲੱਗ ਜਾਂਦੀ ਨਾ ਕਾਫੀ ਬਿਮਾਰੀਆਂ ਵਗੈਰਾ ਲੱਗ ਜਾਂਦੀਆਂ, ਉਸ ਵਾਸਤੇ ਸਪਰੇ ਕਰਨਾ ਪੈਂਦਾ। ਆ ਜਾਓ ਅੰਮੀ, ਤੁਹਾਨੂੰ ਅੱਗਾ ਚੈੱਕ ਕਰਾਵਾਂ। ਤੁਸੀਂ ਵੇਖ ਰਹੇ ਸੋ ਅਸੀਂ ਪਹੁੰਚੇ ਹਾਂ ਜੀ ਆਪਣੀ ਗੰਦਮ ਦੇ ਵਿੱਚ, ਅੱਧ ਵਿਚਾਲੇ ਬਈ ਸੈਂਟਰ ਦੇ ਵਿੱਚ, ਇੱਥੇ ਜਿਹੜਾ ਖਾਲਾ ਹੈ ਨਾ ਉਹ ਹੀ ਅਸੀਂ ਤੁਹਾਨੂੰ ਸ਼ੇਅਰ ਕਰਨੇ, ਔਰ ਸਾਡਾ ਕਾਫੀ ਨੁਕਸਾਨ ਹੋਇਆ ਪਿਆ, ਉਹ ਕਿਹੜੀ ਚੀਜ਼ ਦਾ ਨੁਕਸਾਨ ਹੋ ਚੁੱਕਾ ਹੈ ਉਹ ਤੁਹਾਨੂੰ ਅਸੀਂ ਸ਼ੇਅਰ ਕਰਦੇ ਹਾਂ, ਔਰ ਅੰਮੀ ਹੋਰੀ ਵੀ ਆ ਰਹੇ ਹਨ। ਅੰਮੀ ਆਪਣਾ ਕਾਫੀ ਨੁਕਸਾਨ ਹੋਇਆ ਪਿਆ, ਉਹ ਕਿਹੜੀ ਚੀਜ਼ ਦਾ ਨੁਕਸਾਨ ਹੈ ਭਲਾ? ਇਹ ਤਾਂ ਐਵੇਂ ਫਜ਼ੂਲ ਵੀ ਗਿਆ ਹੈ ਜਿਹੜਾ ਨੁਕਸਾਨ ਕੀਤਾ ਹੈ, ਲੋਕ ਇੱਥੋਂ ਟੱਪਦੇ ਰਹਿਣ, ਰਸਤਾ ਬਣਾਇਓ ਇੰਨਾ ਸਿੱਧਾ। ਇਹ ਤੁਹਾਨੂੰ ਅਸੀਂ ਮੈਂ ਤੁਹਾਨੂੰ ਤੋੜ ਚੱਲ ਕੇ ਵੀ ਖਾਈ ਨਾ ਬਈ, ਕਾਫੀ ਗੰਦਮ ਵਿੱਚ ਬਣੀ ਪਈ, ਰਸਤਾ ਤਾਂ ਅੱਗੇ ਬਣਿਆ ਪਈ ਇਧਰਲੀ ਸਾਈਡ, ਤੁਸੀਂ ਵੇਖ ਰਹੇ ਹੋ ਕਾਫੀ ਇਹ ਗੰਦਮ ਸਾਡੀ ਨੁਕਸਾਨ ਹੋ ਚੁੱਕੀ, ਇਧਰਲੀ ਸਾਈਡ ਸਾਰੀ ਡਿੱਗੀ ਪਈ, ਇਹ ਰਸਤਾ ਬਣ ਚੁੱਕਾ ਹੈ ਵੀ ਤੁਸੀਂ ਟੱਪਣਾ ਵੀ ਖਾਏ ਨਾ ਬਈ ਇਧਰਲੀ ਸਾਈਡ 'ਤੇ। ਤੁਸੀਂ ਵੇਖ ਰਹੇ ਸੋ ਬੰਨਾ ਜਿਹੜੇ ਬੰਨੇ 'ਤੇ ਅਸੀਂ ਆਏ ਹਾਂ, ਔਰ ਕਾਫੀ ਸਾਡੀ ਗੰਦਮ ਖਰਾਬ ਹੋ ਚੁੱਕੀ ਔਰ ਨੁਕਸਾਨ ਹੋ ਚੁੱਕੀ ਹੈ ਨਾ ਮੈਂ। ਹਾਂਜੀ ਹਾਂਜੀ, ਅਤੇ ਇਧਰਲੀ ਸਾਈਡ 'ਤੇ ਤੁਹਾਨੂੰ ਵਿਖਾ ਦਿੰਦੇ ਹਾਂ, ਗੰਦਮ ਤਾਂ ਕਟਾਈ ਹੋ ਗਈ, ਇੱਥੇ ਕੁਝ ਲੋਕ ਆਪਣੀ ਮਿਹਨਤ ਵਗੈਰਾ ਕਰ ਰਹੇ, ਜਿਹੜੀਆਂ ਸਿੱਟੀਆਂ ਵਿੱਚ ਡਿਗਰੀਆਂ ਨਾ ਉਹ ਚੁੱਗ ਰਹਿਣ ਬਈ ਆਪਣੀ ਮਿਹਨਤ ਕਰ ਰਹੇ, ਜਿਨ੍ਹਾਂ ਦੀ ਗੰਦਮ ਕੋਈ ਨਹੀਂ। ਅਤੇ ਇਧਰਲੀ ਸਾਈਡ 'ਤੇ ਚਾਚੂ ਤੁਹਾਨੂੰ ਮੈਂ ਜ਼ੂਮ ਕਰਕੇ ਵਿਖਾ ਦੇਣਾ, ਇਹ ਬਣਾ ਰਹੇ ਜੀ ਦਾਲ ਜਿਹੜੀ ਤੂੜੀ ਦੀ ਬਣਦੀ ਹੈ, ਤੁਹਾਨੂੰ ਮੈਂ ਵਿਖਾ ਦਿੰਦਾ, ਇਹ ਤੁਸੀਂ ਚੈੱਕ ਕਰੋ, ਕਾਫੀ ਮਿਹਨਤ ਕਰ ਰਹੇ ਇਹ ਵੀ ਜਿਹੜੀ ਦਾਲ ਬਣਾ ਰਹੇ, ਇਹਨਾਂ ਦੇ ਵੀ ਇਹ ਦਾਣੇ ਲਸਣ 10 ਕਿਲੋ 20 ਕਿਲੋ ਇਤਨੇ ਕੁ ਦਾਣੇ ਦਾਲ ਦੇ ਬਣ ਜਾਂਦੇ ਨੇ, ਔਰ ਦਾਲ ਕਾਫੀ ਮਿਹਨਤ ਨਾਲ ਬਣਦੀ ਹੈ ਔਰ ਬੜੀ ਉਹਨਾਂ ਥੱਪ ਕੇ ਬਣਾਉਣੀ ਹੁੰਦੀ, ਅਤੇ ਅਸੀਂ ਇੱਥੇ ਵੇਖ ਰਹੇ ਹਾਂ ਅਸੀਂ ਤਾਂ ਸੌਖੀ ਬਣਦੀ ਔਰ ਬੰਦਾ ਬਣਾਵੇ ਤਾਂ ਬਣਦੀ ਹੈ। ਅਤੇ ਆਪਾਂ ਜਦੋਂ ਕਟਾਈ ਗੰਦਮ ਕਰਾਉਣੀ ਹੈ ਅਤੇ ਗੰਦਮ ਗਹਾਵਣੀ ਹੈ, ਹਾਂਜੀ, ਉਸ ਟਾਈਮ ਆਪਾਂ ਵੀ ਦਾਲ ਆਪੇ ਆਪ ਹੀ ਬਣਾਉਣੀ ਹੈ। ਹਾਂਜੀ, ਲਿਪਾਈ ਆਪਾਂ ਆਪ ਕਰਨੀ ਹੈ, ਜਿਹੜਾ
ਜਿਹੜੇ ਆਪਣੇ ਨਾਲ ਹਮਸਾਏ ਉਹਨਾਂ ਧੜ ਉਂਝ ਵੈਸੇ ਬਣਾਵਣੀ ਸਹੀ ਉਹ ਆਪਾਂ ਲਿਪਾਈ ਕਰਸਾਂ ਔਰ ਆਪਣੇ ਪਿਆਰੇ ਵਿਵਰਾਂ ਨੂੰ ਸ਼ੇਅਰ ਕਰਸਾਂ ਆਪਣਾ ਮਾਹੌਲ। ਹਾਂਜੀ ਦੜਾ ਕਿਵੇਂ ਲਿਪਾਈ ਹੁੰਦੀ ਹੈ? ਹਾਂਜੀ ਤੇ ਮੇਰੀ ਵਾਰ ਉਧਲੀ ਸਾਈਡ 'ਤੇ ਜੇ ਦੜ ਬਣ ਰਹੀ ਇਹ ਸੁਬਹੋਂ ਲਿਪਾਈ ਹੋ ਸੀ ਇਧਲੀ ਸਾਈਡ 'ਤੇ ਵੀ ਤੁਸੀਂ ਚੈੱਕ ਕਰ ਰਹੇ ਹੋ ਉਸ ਨਾਲ ਕਾਫੀ ਲੋਕ ਮਿਹਨਤ ਕਰ ਰਹੇ ਹਨ। ਹਾਂਜੀ ਉਹ ਮਿਹਨਤ ਕਰ ਰਹੇ ਹਨ ਜਿਨ੍ਹਾਂ ਦੀ ਲੋਕਾਂ ਦੀ ਗਰੀਬ ਲੋਕ ਗੰਦਮ ਨਹੀਂ ਹੈ ਮਿਹਨਤ ਮਜ਼ਦੂਰੀ ਕਰਦੇ ਹਨ ਸੱਜੀ ਉਹ ਆਪਦੀ ਔਰਤਾਂ ਸਾਰਾ ਦਿਨ ਵੀ ਸਿਟੀਆਂ ਚੁੱਕਦੀਆਂ ਹਨ ਜਿੱਥੋਂ ਗੰਦਮ ਕਟਾਈ ਹੋ ਜਾਂਦੀ ਹੈ ਤੇ ਪੂਰੀ ਫੈਮਿਲੀ ਚੁੱਕਦੀ ਹੈ ਪੂਰੀ ਫੈਮਿਲੀ ਚਲੋ ਦਿਹਾੜੀ ਦੇ ਵਿੱਚ 20 ਸੇਰੀ ਚੁੱਗਣ ਉਹ ਇਹ ਤਾਂ ਕੋਈ ਨਹੀਂ ਦਿੰਦਾ ਦਾ ਦਿਨਾਂ ਦਾ ਆਟਾ ਬਣ ਜਾਂਦਾ ਜਿਸ ਤਰ੍ਹਾਂ ਅੱਜ ਆਪਾਂ 20 ਕਿਲੋ ਲਈਏ ਨਾ ਮੁੱਲ ਔਰ ਜਿਹੜੀ ਅਸੀਂ 20 ਕਿਲੋ ਲਈਏ ਅਸੀਂ ਉਹਨਾਂ ਨੂੰ ਫਿਰ 20 ਕਿਲੋ ਵਾਪਸੀ ਕਰਨੀ ਹੈ ਦਾਣੇ ਦੇਵਣੇ। ਹਾਂਜੀ ਆਪਾਂ ਦਾਣੇ ਦੇਵਣੇ ਪੈਸੇ ਕੋਈ ਨਹੀਂ ਅਜੇ ਤਾਈਂ ਦਿੱਤੇ ਇਹ ਸ਼ੁਕਰ ਹੈ ਸਾਨੂੰ 20 ਕਿਲੋ ਗੰਦਾ ਮਿਲ ਚੁੱਕੀ ਇਧਲੀ ਸਾਈਡ ਤੇ ਗੰਦਾ ਆਮ ਹੋ ਗਈ ਹੈ ਨਾ। ਹਾਂਜੀ ਮੈਂ ਆਖ ਰਿਹਾ ਹਾਂ ਹਰੀਆਂ ਹਰੀਆਂ ਸਿਟੀਆਂ ਔਰ ਕਾਫੀ ਖੁਸ਼ਕ ਹੋ ਚੁੱਕੀਆਂ ਇਹਦੇ ਚੈੱਕ ਕਰੋ ਤੇ ਅੰਮੀ ਔਰ ਇਸ ਤਰ੍ਹਾਂ ਨਾਲ ਨਾਲ ਟੁਰਦੇ ਨੇ ਖੜਾ ਕੁੰਦਾ ਸਿਟੀਆਂ ਦਾ ਖੁਸ਼ਕ ਹੋ ਗਈ ਨਾ ਕਾਫੀ। ਹਾਂਜੀ ਕਾਫੀ ਦਿਨਾਂ ਦੀ ਗੰਦਮ ਪੱਕੀ ਹੋਈ ਆ। ਹਾਂਜੀ ਮੇਰੀ ਵਾਰ ਅਸੀਂ ਗੰਦਮ ਲਈਏ ਵੇਖ ਤੇ ਅਸੀਂ ਜਾ ਰਹੇ ਹਾਂ ਜੀ ਵਾਪਸੀ ਜਿਹੜੇ ਬੰਨੇ ਬੰਨੇ ਤੇ ਅਸੀਂ ਆਇਆ ਸੀ ਉਸ ਬੰਨੇ ਤੇ ਅਸੀਂ ਜਾ ਰਹੇ ਹਾਂ ਵਾਪਸੀ ਵੀ ਅਸੀਂ ਅੱਗਾਂ ਚੱਲ ਮੈਂ ਇਸ ਸਾਈਡ ਟੋਕ ਤਾਪ ਜੀ ਨਾਲ ਕੰਡੇ ਵੀ ਹਨ ਅੰਮੀ ਆ ਜਵੇ ਆ ਕੰਡੇ ਵੇਖ ਕੇ ਕੰਡੇ ਹੀ ਨੇ ਅੱਗੋਂ ਅਤੇ ਅਸੀਂ ਚੱਲ ਕੇ ਅੱਗਾਂ ਚੱਲ ਕੇ ਤੁਹਾਨੂੰ ਅਸੀਂ ਸ਼ੇਅਰ ਕਰ ਦਿੰਦੇ ਹਾਂ। ਅਸੀਂ ਜਾਣਾ ਘੁੰਮ ਫਿਰ ਤੇ ਪਹੁੰਚਿਆ ਹਾਂ ਘਰ ਅਤੇ ਹੁਣ ਕੋਈ ਘਰ ਦਾ ਖਾਣੇ ਪੀਣੇ ਦਾ ਹੀ ਇੰਤਜ਼ਾਮ ਕਰਨੇ ਹਾਂ ਅਤੇ ਨਾਲ ਬੱਗੇ ਤੁਸੀਂ ਇਡਲੀ ਸਾੜ ਲੈ ਜਿਹੜੀ ਚੱਕੀ ਚੱਲੀ ਹੋਈ ਉਸ 'ਤੇ ਦਾਣੇ ਸਾਟ ਆ। ਹਾਂਜੀ ਇਹਨਾਂ ਦੁਕਾਨਾਂ ਦੇ ਨਾਲ ਵੀ ਹੈ। ਹਾਂ ਜਿਹੜੀ ਸਾਡੇ ਨਾਲ ਨਜ਼ਦੀਕ ਆ ਨਾ ਉਹ ਨਹੀਂ ਚੱਲੀ ਅਤੇ ਇੱਦਾਂ ਉੱਤਾਂ ਚੱਲ ਰਹੀ ਹੈ ਇਹ ਬੱਗੀ ਦਾਣੇ ਵੀ ਪਿਆ ਆਉਂਦਾ ਮੈਂ ਚਾਰ ਪਾਈਆਂ ਕਰ ਲੈਂਦੀ ਹਾਂ ਨਾਲ ਘਰ ਦਾ ਜਿਹੜਾ ਕੰਮ ਕਰਨ ਦਾ ਉਹ ਹੀ ਕਰ ਲੈਂਦੀ ਹਾਂ। ਚਾਰ ਪਾਈ ਚਾ ਕੇ ਪਾ ਲੈਂਦੇ ਹਾਂ ਅਤੇ ਮੇਰਾ ਤੁਸੀਂ ਦੇਖ ਰਹੇ ਸੋ ਅੰਮੀ ਪਾ ਰਹੀ ਚਾਰ ਪਾਈਆਂ ਸਾਈਡ 'ਚ ਬਈ ਵਿਹੜੇ ਦੇ ਵਿੱਚ ਪਾ ਰਹੀ ਵਿੱਚ ਜਿੱਥੇ ਅਸੀਂ ਬਾਹਰ ਸਾਹਮਣੇ ਨਾ ਲੈਣ ਦੇ ਵਿੱਚ ਪਾ ਰਹੀ ਪੱਖਾਂ ਨਾਲ ਲੱਗਾ ਖਲਾ ਔਰ ਨਾਲ ਨਾਲ ਅੰਮੀ ਚਾਰ ਪਾਈਆਂ ਹੀ ਪਾ ਦਿੰਦੀ ਹੈ ਅਤੇ ਮੇਰੀ ਵਾਰ ਮੈਂ ਜਾ ਕੇ ਦੇ ਆਪਣਾ ਦਾਣੇ ਜਿਹੜੇ ਅੰਮੀ ਮੈਨੂੰ ਆਖਣ ਵੀ ਤੁਸੀਂ ਪਿਆ ਆ ਬਈ ਆਟਾ ਆਪਣੇ ਲਈ ਕੋਈ ਨਹੀਂ ਬਈ ਆਟਾ ਹੀ ਗੁੰਨਣਾ ਹੀ ਤਾਂ ਹੈ ਔਰ ਘਰ ਦਾ ਖਾਣਾ ਬਣਾਉਣਾ ਅਤੇ ਮੇਰੀ ਵਾਰ ਅਸੀਂ ਪਹੁੰਚ ਚੁੱਕੇ ਹਾਂ ਵਾਪਸੀ ਘਰ ਅਤੇ ਮੇਰੀ ਵਾਰ ਇਸ ਵਲੋਗ ਦਾ ਕਰਿੰਦੇ ਪਈ ਥਾਈ ਐਂਡ ਮੇਰੀ ਟਿਕਟੋਕ ਦੀ ਆਈਡੀ ਨੂੰ ਸਪੋਰਟ ਕੀਤੀ ਕਰੋ ਬੱਗੀ ਫੈਮਿਲੀ 5 46 ਔਰ ਮੇਰੇ ਚੈਨਲ ਨੂੰ ਸਪੋਰਟ ਕੀਤੀ ਕਰੋ ਬੱਗੀ ਕੀ ਵਿਲੇਜ ਲਾਈਫ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕੀਤਾ ਕਰੋ ਸੁਬਹ ਨੈਕਸਟ ਵੀਡੀਓ ਮਿਲਸਾਂ ਅੱਲਾ ਹਾਫਿਜ਼।